ਸਾਲ 1974 ਵਿੱਚ ਇਹ ਜ ਲੈਂਗੁਏਜ ਟੈਸਟ ਆਉਂਦਾ ਹੈ ਜਿਹੜੇ ਕੀ ਆਉਣ ਵਾਲੇ 35 ਤੋਂ 40 ਸਾਲਾਂ ਵਿੱਚ ਪੰਜਾਬ ਦੇ ਹਰ ਸਟੂਡੈਂਟ ਦੀ ਪਹਿਲੀ ਪਸੰਦ ਬਣ ਜਾਂਦੀ ਹੈ ਇਹ ਟੈਸਟ ਇੱਕ ਇਹ ਜ ਟੈਸਟ ਹੈ ਜਿਹੜੇ ਪੰਜਾਬ ਦੇ ਹਰ ਪਿੰਡ ਵਿੱਚੋਂ ਹਰੇ ਘਰ ਦੇ ਵਿੱਚੋਂ ਜਾਜ ਉਡਣ ਲਾ ਦਿੰਦਾ ਇੱਕ ਸਰਵਿਸ ਦੇ ਅਨੁਸਾਰ ਤਕਰੀਬਨ 75% ਪੰਜਾਬੀ ਸਟੂਡੈਂਟਸ ਜਿਹੜੇ ਕੀ ਪਲੱਸ 2 ਕਰਨ ਤੋਂ ਬਾਅਦ ਇੱਕ ਵਾਰੀ ਆਪ ਦੀ ਜ਼ਿੰਦਗੀ ਦੇ ਵਿੱਚ ਇਹ ਟੈਸਟ ਦੀ ਜ਼ਰੂਰ ਤਿਆਰੀ ਕਰਦੇ ਆ ਜੀ ਆ ਆਪਾਂ ਗੱਲ ਕਰ ਰਹੇ ਆ ਆਇਲਟ ਟੈਸਟ ਦੀ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟ ਪ੍ਰੋਸੈਸਿੰਗ ਸਿਸਟਮ ਐਗਜ਼ਾਮ ਇਸ ਗਰੋਇੰਗ ਇਨ ਪੰਜਾਬ 1000 ਰੁਪਿਆ ਦੇਣਾ ਜੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਕੀ ਇਹਦੇ ਨਾਲ ਸਾਰਾ ਪੰਜਾਬ ਬਾਹਰ ਚਲਾ ਜਾਊਗਾ 1980 ਦਾ ਸਮਾਂ ਇੱਕ ਇਹ ਜਾਂ ਸਮਾਂ ਸੀ ਇਹਦੇ ਵਿੱਚ ਦੁਨੀਆ ਇੱਕ ਦੂਸਰੇ ਨਾਲ ਕਨੈਕਟ ਕਰ ਰਹੀ ਸੀ ਆਲ ਬੂਮ ਤੋਂ ਬਾਅਦ ਹਰ ਇੱਕ ਦੇਸ਼ ਦੂਸਰੇ ਦੇਸ਼ ਨਾਲ ਗੱਲਬਾਤ ਕਰ ਰਿਹਾ ਸੀ ਜਿਹਦੇ ਕਰਕੇ ਮਾਈਗ੍ਰੇਸ਼ਨ ਵੀ ਆਫ ਦੇ ਹਾਈएस्ट ਲੈਵਲ ਤੇ ਸੀ ਸੋ 1980 ਤੋਂ ਬਾਅਦ ਜਿਹੜਾ ਪ੍ਰਵਾਸ ਹੋ ਰਿਹਾ ਸੀ ਉਹਦੇ ਵਿੱਚ ਮੇਨਲੀ এমਪਲੋਇਮੈਂਟ ਪ੍ਰਵਾਸ ਸੀਗਾ ਜਿਹੜੇ ਲੋਗ ਇੱਕ ਜੋਬ ਦੀ ਭਾਲ ਦੇ ਵਿੱਚ ਦੁੱਧ ਦੇਸ਼ ਵਿੱਚ ਜਾਂਦੇ ਸੀ ਉੱਥੇ ਜਾ ਕੇ ਮੇਨ ਪ੍ਰੋਬਲਮ ਜਿਹੜੀ ਆ ਰਹੀ ਸੀ ਉਹ ਸੀਗੀ ਇੰਗਲਿਸ਼ ਬੋਲਣੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਾਮਬ੍ਰਿਜ ਇੰਗਲਿਸ਼ ਲੈਂਗੁਏਜ ਅਸੈਸਮੈਂਟ ਤੇ ਬ੍ਰਿਟਿਸ਼ ਕੌਂਸਲ ਨੇ ਰਲ ਕੇ ਟੈਸਟ ਤਿਆਰ ਕੀਤਾ ਜਿਹਨੂੰ ਕੀ IELTS ਕਿਹਾ ਜਾਂਦਾ ਸੀ ਜਿਹਦਾ ਕਿ ਮਤਲਬ ਹੁੰਦਾ ਇੰਗਲਿਸ਼ ਲੈਂਗੁਏਜ ਟੈਸਟਿੰਗ ਸਰਵਿਸ ਉਸ ਟਾਈਮ ਇਹ ਟੈਸਟ ਵਿੱਚ ਤਕਰੀਬਨ 6 ਮੋਡਿਊਲ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਪੰਜ ਸਬਜੈਕਟ ਸਪੈਸ਼ਲ ਮੋਡਿਊਲ ਸੀ ਜਿਵੇਂ ਕਿ ਲਾਈਫ ਸਾਇੰਸ ਸੋਸ਼ਲ ਸਟਡੀਜ਼ ਫਿਜ਼ੀਕਲ ਸਾਇੰਸ ਟੈਕਨੋਲੋਜੀ ਮੈਡੀਸਿਨ ਜਰਨਲ ਅਕੈਡੈਮਿਕ ਸੋ ਇਸ ਤਰੀਕੇ 1980 ਦੇ ਵਿੱਚ 6 ਮੋਡਿਊਲ ਹੁੰਦੇ ਸੀ 1998 ਦੇ ਵਿੱਚ ਜਦੋਂ ਕੋਈ ਸਟੂਡੈਂਟਸ ਇਹ ਟੈਸਟ ਦੇ ਲਈ ਤਿਆਰੀ ਕਰਨ ਲੱਗ ਗਿਆ ਉਸ ਤੋਂ ਬਾਅਦ ਇਸ ਟੈਸਟ ਦਾ ਨਾਮ ਬਦਲ ਕੇ ਆਇਲੈਟਸ ਰੱਖਤਾ 1980 ਦਾ ਸਾਲ ਸਭ ਤੋਂ ਵੋਸਟ ਸਾਲ ਹੁੰਦਾ ਹੈ ਟੈਸਟ ਲਈ ਕੁਝ ਹੀ ਸਟੂਡੈਂਟਸ ਇਸ ਟੈਸਟ ਨੂੰ ਟਰਾਈ ਕਰਦੇ ਆ ਪਰ ਇੱਕ ਸਾਲ ਬਾਅਦ 1981 ਦੇ ਵਿੱਚ 4000 ਸਟੂਡੈਂਟਸ ਇਸ ਟੈਸਟ ਨੂੰ ਟਰਾਈ ਕਰਦੇ ਨੇ ਆਇਲੈਟਸ ਟੈਸਟ ਦੇ ਵਿੱਚ ਅਸਲੀ ਬੂਮ ਆਉਂਦਾ ਹੈ 2005 ਤੋਂ ਬਾਅਦ ਜਦੋਂ ਇੰਡੀਆ ਦੇ ਜ਼ਿਆਦਾਤਰ ਸਟੂਡੈਂਟਸ ਨੂੰ ਪਤਾ ਲੱਗਦਾ ਹੈ ਇਹ ਕਿਹੋ ਜਿਹਾ ਟੈਸਟ ਹੈ ਜਿਹਨੂੰ ਕੀ ਪਾਰ ਕਰਕੇ ਤੇ ਕੁਝ ਹੀ ਬੈਂਡ ਲੈ ਕੇ ਉਬਾਰ ਦੀ ਕੰਟਰੀ ਵਿੱਚ ਸਟੂਡੈਂਟ ਵੀਜ਼ਾ ਤੇ ਜਾ ਸਕਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਟੈਸਟ ਦਾ ਵੱਡਾ ਬੂਮ ਆਉਂਦਾ ਹੈ ਸਾਲ 2011 ਦੇ ਆਉਂਦੇ ਆਉਂਦੇ ਤਕਰੀਬਨ 1 ਮਿਲੀਅਨ ਦੇ ਕਰੀਬ ਹਰ ਸਾਲ ਸਟੂਡੈਂਟਸ ਇਸ ਟੈਸਟ ਲਈ ਅਪਲਾਈ ਕਰਦੇ ਨੇ ਇੱਕ ਇਹੋ ਜਿਹਾ ਟੈਸਟ ਜਿਹੜੇ ਕੇ ਸਿਰਫ ਲੋਕਾਂ ਨੂੰ ਇੰਗਲਿਸ਼ ਸਿਖਾਉਣ ਦੇ ਲਈ 1980 ਦੇ ਵਿੱਚ ਲਾਂਚ ਕੀਤਾ ਗਿਆ ਸੀ ਉਸ ਨੇ ਪੰਜਾਬ ਦੇ ਹਰ ਇੱਕ ਪਿੰਡ ਦੇ ਇੱਕ ਨਾ ਇੱਕ ਸਟੂਡੈਂਟ ਨੂੰ ਬਾਹਰ ਭੇਜਤਾ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਣਾ